ਹਾਂਜੀ ਦੋਸਤੋ, ਸਭ ਦਾ ਸਵਾਗਤ ਹੈ ਜੀ ਅਤੇ ਹਾਜ਼ਰ ਹਾਂ ਜੀ ਇੱਕ ਨਵੀਂ ਗੱਲਬਾਤ ਨਾਲ। ਅਤੇ ਕਿਰਪਾ ਕਰਕੇ ਨਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬੈੱਲ ਆਈਕੋਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ। ਅਤੇ ਦੋਸਤੋ, ਕਿਰਪਾ ਕਰਕੇ ਵੀਡੀਓ ਪੂਰੀ ਵੇਖਿਓ। ਅਤੇ ਇਹ ਵੀਡੀਓ ਦੇ ਵਿੱਚ ਨੇ 20% ਗੈਸ ਪੂਰੀ ਠੰਡ ਪਾ ਵਾਲਾ ਵੀਰ, ਜੋ ਕਿ ਸ਼੍ਰੀ ਅਨੰਦਪੁਰ ਸਾਹਿਬ ਦੇ ਕੋਲ ਆਪਣੀ ਦੁਕਾਨ ਚਲਾਉਂਦੇ ਨੇ ਠੰਡੇ ਦੀ, ਅਤੇ ਨਾਲ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਖੜ੍ਹੇ ਨੇ ਅਤੇ ਨਾਲ ਸੋਨੀ ਮਾਨ ਨੇ ਗਾਇਕਾ। ਦੋਸਤੋ, ਅੱਜ ਦਾ ਮੁੱਖ ਜਿਹੜਾ ਮਤਲਬ ਇਸ ਵੀਡੀਓ ਦੀ ਗੱਲਬਾਤ ਚਰਚਾ ਕਰਨੀ ਚਾਹੁੰਦੇ ਹਾਂ ਉਹ ਇਹ ਵੀ ਕਿ ਇਨਸਾਨ ਦੇ ਵਿੱਚ ਜੋ ਵੀ ਗੁਣ ਹੋਵੇ, ਚੰਗਾ ਗੁਣ ਹੋਵੇ, ਅਤੇ ਉਸ ਦੇ ਉੱਪਰ ਹੀ ਉਸ ਹਿਸਾਬ ਨਾਲ ਹੀ ਜੇ ਇਨਸਾਨ ਕੰਮ ਕਰੇ ਤਾਂ ਉਹ ਗਰੰਟੀ ਇਸ ਚੀਜ਼ ਦੀ ਕਿ ਉਹ ਬੁਲੰਦੀਆਂ ਨੂੰ ਛੂੰਹਦਾ ਅਤੇ ਦੁਨੀਆ ਦੇ ਵਿੱਚ ਕਮਾਈ ਦੇ ਨਾਲ ਨਾਲ ਆਪਣੇ ਨਾਮ ਨੂੰ ਵੀ ਰੋਸ਼ਨ ਕਰਦਾ ਅਤੇ ਦੁਨੀਆ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੇ ਨਾਲ ਖੜ ਕੇ ਫੋਟੋਆਂ ਖਿਚਾਉਣੀ ਅਤੇ ਖੁਸ਼ੀ ਵੀ ਮਹਿਸੂਸ ਕਰਦੀ। ਅਤੇ ਇਹ ਵੀਰ ਵੀ ਵੇਖੋ, ਕਈ ਸਾਲਾਂ ਤੋਂ ਠੰਡੇ ਦੀ ਦੁਕਾਨ ਵੀ ਚਲਾ ਰਿਹਾ, ਕਮਾਈ ਵੀ ਕਰ ਰਿਹਾ, ਅਤੇ ਉਹਨਾਂ ਦੇ ਨਾਲ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਉਹ ਆਪਣੇ ਹਲਕੇ ਫੁਲਕੇ ਗੀਤਾਂ ਨਾਲ ਇੱਕ ਵਾਰੀ ਚਰਚਾ ਵਿੱਚ ਆਏ ਸਨ ਅਤੇ ਅੱਜ ਉਹ ਪੂਰੀ ਤਰ੍ਹਾਂ ਜਿਹੜੇ ਨੇ ਦੁਨੀਆ ਦੇ ਉੱਤੇ ਛਾਏ ਹੋਏ ਨੇ। ਚਾਹੇ ਕੋਈ ਮੰਨੇ ਜਾਂ ਕਿਸੇ ਦਾ ਆਪਣਾ ਵਿਚਾਰ ਹੋ ਸਕਦਾ, ਪਰ ਇਹ ਇੱਕ ਮਿਸਾਲ ਹੈ ਕਿ ਇਨਸਾਨ ਦੇ ਵਿੱਚ ਜਿਹੜਾ ਵੀ ਗੁਣ ਹੋਵੇ ਅਤੇ ਉਸ ਨੂੰ ਬਾਹਰ ਲਿਆਉਣਾ ਚਾਹੀਦਾ। ਅਤੇ ਉਸ ਹਿਸਾਬ ਨਾਲ ਕੋਈ ਜ਼ਰੂਰੀ ਨਹੀਂ ਹਰ ਬੰਦਾ ਡਾਕਟਰ ਬਣੇ ਜਾਂ ਵਕੀਲ ਬਣੇ ਜਾਂ ਉਹ ਮਾਸਟਰ ਬਣੇ। ਸੋ ਕਹਿਣ ਤੋਂ ਭਾਵ ਇਹ ਕਿ ਜਿਹੜੇ ਵੀ ਬੱਚੇ ਪੜ੍ਹ ਰਹੇ ਨੇ ਅਤੇ ਉਹਨਾਂ ਦੇ ਉੱਪਰ ਦਬਾਅ ਨਹੀਂ ਪਾਉਣਾ ਚਾਹੀਦਾ ਕਿ ਤੁਸੀਂ ਇਹ ਕਰੋ ਇਹ ਨਾ ਕਰੋ, ਤੁਹਾਡੀ ਇੰਨੀ ਐਡਵੀਜ਼ਨ ਹੋਣੀ ਚਾਹੀਦੀ ਹੈ ਜਾਂ ਤੁਸੀਂ ਫਸਟ ਆਉਣੀ ਚਾਹੀਦੇ ਹੋ। ਸੋ ਦੋਸਤੋ, ਹੁਣ ਤੁਸੀਂ ਵੇਖੋ ਇਹ ਵੀਡੀਓ 'ਤੇ ਕਿੰਨਾ ਚੰਗਾ ਲੱਗ ਰਿਹਾ ਇੱਕ ਵੀਰ ਜਿਹੜਾ ਆਪਣੀ ਕਮਾਈ ਦੇ ਨਾਲ ਨਾਲ ਦੁਨੀਆ ਦੂਰੋਂ ਦੂਰੋਂ ਮਿਲਣ ਆਉਂਦੀ ਹੈ ਉਸ ਨੂੰ, ਅਤੇ ਨਾਲ ਮੁੱਖ ਮੰਤਰੀ ਸਾਹਿਬ ਨੇ ਜਿਹੜੇ ਖਲੀ, ਦਲੀਪ ਸਿੰਘ ਅਤੇ ਹੋਰ ਵੱਡੇ ਵੱਡੇ ਜਿਹੜੀਆਂ ਹਸਤੀਆਂ ਉਹਨਾਂ ਨੂੰ ਮਿਲ ਚੁੱਕੀਆਂ। ਜਾਦੂਗਰ ਭਾਜੀ ਦੇ ਸੱਚੀ ਭਾਜੀ ਜਾਦੂਗਰ ਹੀ ਹੈ। ਕਿਆ ਗੈਸ ਪੂਰੀ ਪੂਰੀ ਗੈਸ ਮਾਂ ਸਾਹਮਣੇ ਘਟ 20% ਗੈਸ ਪੂਰੀ ਤੁਕਰੀ ਕੀ ਹੋ ਗਏ ਥੋੜੀ ਯਾਰ ਦੁੱਤੇ ਵਿੱਚ ਨਿੰਬੂ ਪੱਕ ਠੰਡਾ ਲੈਮਨ ਚੇਲਟ ਚੰਨ ਕੇ ਪੂਰਾ ਠੰਡ ਪਾ ਕਰੀ ਪੀਓ ਗੇ ਤੋ ਨੀਮ ਕੇ ਦੇ ਕੋਕ ਦਾ ਟੇਸਟ ਸਭ ਨਾ ਪਰ ਟੇਸਟ ਮੌਂਟਨ ਟੀ ਸਭ ਪਰ ਲੋ ਇੱਕ ਵਾਰੀ ਪੀਓ ਕੇ ਤੇ ਬਾਰ ਬਾਰ ਮੰਗੂ ਕੀ ਨੀਂਬੂ ਪਾਣੀ